ਦੋਸਤੋ, ਇਹ ਮਹਾਮਾਰੀ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ। ਮਾਨਵਤਾ ਤਰਾਸ ਤਰਾਸ ਕਰ ਰਹੀ ਹੈ। ਇਹ ਕਲਿੱਪ ਤਾਂ ਬਣਾ ਰਿਹਾ ਕਿ ਕੁਛ ਲੋਕ ਜੋ ਸੈਨੇਟਾਈਜ਼ਰ ਜਾਂ ਮਾਸਿਕ ਜ਼ਰੂਰਤੀਆਂ ਵਸਤਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ, ਪਰ ਉਹਨਾਂ ਨੂੰ ਵੱਧ ਮੁੱਲ 'ਤੇ ਵੇਚ ਰਹੇ ਆ। ਐਸੇ ਲੋਕਾਂ ਕਰਕੇ ਹੀ ਜਿਨ੍ਹਾਂ ਨੇ ਮਾਨਵਤਾ ਦਾ ਧਿਆਨ ਨਹੀਂ ਰੱਖਿਆ, ਕਰੋਨਾ ਵਾਇਰਸ ਆਇਆ। ਤਾਂ ਦੋਸਤੋ, ਰਲ ਮਿਲ ਕੇ ਅਗਰ ਕੋਈ ਇਹੋ ਜਿਹਾ ਬੰਦਾ ਮਿਲਦਾ ਹੈ ਜੋ ਅੱਜ ਵੀ ਇਸ ਵਿਨਾਸ਼ਕਾਰੀ ਬਿਮਾਰੀ ਦੇ ਕਾਰਨ ਲੋਕਾਂ ਨੂੰ ਮੱਲਮ ਪੱਟੀ ਲਾਉਣ ਦੀ ਥਾਂ 'ਤੇ ਵੱਧ ਪੈਸਾ ਵਸੂਲ ਰਿਹਾ, ਆਹ ਕਲਿੱਪ ਦੇ ਵਿੱਚ ਨੰਬਰ ਦਿੱਤਾ ਔਰ ਜ਼ਰੂਰ ਇਸ 'ਤੇ ਕਾਲ ਕਰਨੀ ਹੈ। ਕੋਈ ਵੀ ਵਿਭਾਗ ਸ਼ਿਕਾਇਤ ਕੀਤੇ ਬਗੈਰ ਉਸ 'ਤੇ ਕਾਰਵਾਈ ਨਹੀਂ ਕਰਦਾ। ਦੱਸੋ ਦੋਸਤੋ, ਕੁਛ ਹੋਰ ਕਲਿੱਪਸ ਦਿੱਤੇ ਅੱਛੇ ਅੱਗੇ ਹੋਰ ਪਾਵਾਂਗੇ। ਅੱਛਾ ਲੱਗਿਆ ਤਾਂ ਸ਼ੇਅਰ।